ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਇੱਕ ਬਣਾਵਾਂਗੇ ਬਹੁਤ ਸੌਖਾ ਜਿਹਾ ਡਿਜ਼ਾਇਨ। ਬਣ ਕੇ ਬਹੁਤ ਸੁੰਦਰ ਲੱਗਦਾ, ਇਹ ਬਣਾਉਣ 'ਚ ਬਹੁਤ ਸੌਖਾ ਹੈ। ਇਹਨੂੰ ਆਪਾਂ ਆਪਣੀ ਸ਼ਾਲ ਵਿੱਚ ਜਾਂ ਟੌਪ ਵਿੱਚ, ਬੱਚਿਆਂ ਦੇ ਸਵੈਟਰ ਕੋਟੀ, ਕਿਸੇ ਚੀਜ਼ ਵਿੱਚ ਵੀ ਆਪਾਂ ਪਾ ਸਕਦੇ ਹਾਂ। ਇਹਨੂੰ ਬਣਾਉਣ ਵਾਸਤੇ ਆਪਾਂ ਨੇ ਲੈਣੇ ਜੀ ਦੋ ਦੋ ਦੇ ਹਿਸਾਬ ਨਾਲ ਕੁੰਡੇ। ਡਿਜ਼ਾਇਨ ਆਪਾਂ ਕਰਦੇ ਹਾਂ ਸ਼ੁਰੂ। ਡਿਜ਼ਾਇਨ ਜਦ ਵੀ ਸ਼ੁਰੂ ਕਰਨਾ ਉਲਟੇ ਪਾਸੇ ਤੋਂ ਕਰਨਾ ਹੈ। ਉਲਟੇ ਪਾਸੇ ਤੋਂ ਆਪਾਂ ਨੇ ਸਿੱਧੀ ਸਿਲਾਈ ਪਾਉਣੀ ਹੈ। ਇਸ ਤਰ੍ਹਾਂ ਪੂਰੀ ਸਿਲਾਈ ਆਪਾਂ ਨੇ ਸਿੱਧੀ ਸਿੱਧੀ ਪਾ ਲੈਣੀ ਹੈ। ਇਹ ਡਿਜ਼ਾਇਨ ਹੈ ਜਿਹੜਾ ਆਪਾਂ ਕਿਸੇ ਵੀ ਕਲਰ ਦੀ ਉੱਨ ਵਿੱਚ ਪਾ ਸਕਦੇ ਹਾਂ, ਕਿਉਂਕਿ ਇਹ ਬਣ ਕੇ ਬਹੁਤ ਵਧੀਆ ਤਿਆਰ ਹੁੰਦਾ, ਮੋਟਾ ਮੋਟਾ ਜਿਹਾ। ਉਲਟੇ ਪਾਸੇ ਤੋਂ ਆਪਾਂ ਨੇ ਆਪਣੀ ਸਾਰੀ ਸਿਲਾਈ ਸਿੱਧੀ ਸਿੱਧੀ ਪਾ ਕੇ ਕਰ ਲਈ ਕੰਪਲੀਟ। ਹੁਣ ਆਪਾਂ ਕਰਦੇ ਹਾਂ ਡਿਜ਼ਾਇਨ ਵਾਲੀ ਸਿਲਾਈ ਸ਼ੁਰੂ। ਇੱਕ ਕੁੰਡਾ ਆਪਾਂ ਹਮੇਸ਼ਾ ਹੀ ਮੂਹਰੇ ਸਿੱਧਾ ਜਾਂ ਉਲਟਾ ਪਾਉਂਦੇ ਹੀ ਹਾਂ। ਇੱਕ ਕੁੰਡਾ ਆਪਾਂ ਨੇ ਇਸ ਤਰ੍ਹਾਂ ਬੁਣ ਲਿਆ। ਉਸ ਤੋਂ ਬਾਅਦ ਆਪਾਂ ਨੇ ਦੋ ਕੁੰਡੇ ਛੱਡ ਕੇ ਇੱਥੋਂ ਕੁੰਡਾ ਕੱਢ ਲਿਆ, ਇਸ ਤਰ੍ਹਾਂ ਧਾਗੇ ਨੂੰ ਇੱਧਰ ਘੁਮਾ ਲਿਆ। ਫਿਰ ਆਪਾਂ ਨੇ ਵਿਚਾਲੇ ਨੂੰ ਦੋਹਾਂ ਕੁੰਡਿਆਂ ਦੇ ਇਸ ਤਰ੍ਹਾਂ ਕੁੰਡਾ ਕੱਢ ਲਿਆ। ਉਸ ਤੋਂ ਬਾਅਦ ਆਪਾਂ ਨੇ ਪਿਛਲੇ ਪਾਸੇ ਤੋਂ ਦੋਹੇ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ। ਭਾਵੇਂ ਧਾਗੇ ਨੂੰ ਇੱਧਰ ਨੂੰ ਘੁਮਾ ਲਓ, ਫਿਰ ਸੌਖਾ ਨਿਕਲ ਜਾਂਦਾ। ਦੋ ਕੁੰਡਿਆਂ ਤੋਂ ਇਹ ਆਪਣੇ ਚਾਰ ਕੁੰਡੇ ਬਣ ਗਏ। ਉਸ ਤੋਂ ਅੱਗੇ ਫਿਰ ਦੋ ਕੁੰਡਿਆਂ ਦੇ ਕੋਲ ਦੀ ਇਸ ਤਰ੍ਹਾਂ ਕੱਢ ਕੇ, ਥੋੜ੍ਹਾ ਜਿਹਾ ਢਿੱਲਾ ਛੱਡ ਕੇ, ਧਾਗਾ ਇੱਧਰ ਘੁਮਾ ਕੇ, ਫਿਰ ਦੋਨਾਂ ਕੁੰਡਿਆਂ ਦੇ ਵਿਚਾਲੇ ਤੋਂ ਇਸ ਤਰ੍ਹਾਂ ਕੁੰਡਾ ਕੱਢ ਕੇ, ਜਿਹੜੇ ਪਿਛਲੇ ਪਾਸੇ ਨੇ ਦੋਏ ਕੁੰਡੇ ਆਪਣੇ, ਇਹਨਾਂ ਦਾ ਬਣਾ ਦੇਣਾ ਆਪਾਂ ਨੇ ਇੱਕ। ਧਾਗੇ ਨੂੰ ਇੱਧਰ ਨੂੰ ਨਾ ਘੁਮਾਇਓ, ਇੱਧਰ ਨੂੰ ਘੁਮਾਇਓ, ਫਿਰ ਸੌਖਾ ਨਿਕਲ ਜਾਂਦਾ ਇਸ ਤਰ੍ਹਾਂ। ਪੂਰੀ ਸਿਲਾਈ ਆਪਾਂ ਨੇ ਇਸ ਤਰ੍ਹਾਂ ਹੀ ਬਣਾ ਲੈਣੀ ਹੈ। ਧਾਗਾ ਇੱਧਰ ਘੁਮਾਈ ਜਾਣਾ, ਉਸ ਤੋਂ ਬਾਅਦ ਦੋਨਾਂ ਦਾ ਆਪਾਂ ਨੇ ਐਂ ਇੱਕ ਬਣਾ ਦੇਣਾ ਪਿਛਲੇ ਪਾਸੇ ਤੋਂ। ਧਾਗੇ ਨੂੰ ਥੋੜ੍ਹਾ ਜਿਹਾ ਢਿੱਲਾ ਹੀ ਰੱਖਣਾ। ਆਹ ਕੁੰਡਾ ਜਿਹੜਾ ਆਪਾਂ ਨੇ ਪਿੱਛੇ 'ਤੇ ਪਾਉਣਾ, ਇਹਨੂੰ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਢਿੱਲਾ ਹੀ ਰੱਖਣਾ। ਤਾਂ ਧਾਗੇ ਨੂੰ ਇੱਧਰ ਘੁਮਾ ਕੇ ਇਹ ਦੋਨਾਂ ਦੇ ਵਿਚਾਲੇ ਦੀ ਫੇਰ ਇਸ ਤਰ੍ਹਾਂ ਕੱਢ ਦੇਣਾ। ਜਿਹੜਾ ਫਿਰ ਪਿਛਲੇ ਪਾਸੇ ਤੋਂ ਦੋ ਦਾ ਇੱਕ ਬਣਾਉਣਾ, ਉਹ ਵੀ ਆਪਾਂ ਨੇ ਇੱਧਰ ਨੂੰ ਨਹੀਂ ਘੁਮਾਉਣਾ, ਤਾਂ ਇੱਧਰ ਨੂੰ ਘੁਮਾ ਕੇ ਫਿਰ ਸੌਖਾ ਨਿਕਲ ਜਾਂਦਾ ਵਿੱਚੋਂ, ਇਸ ਤਰ੍ਹਾਂ ਕੱਢ ਲੈਣਾ। ਪੂਰੀ ਸਿਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਪਾ ਲੈਣੀ ਹੈ। ਦੋ ਸਿਲਾਈਆਂ ਦਾ ਡਿਜ਼ਾਇਨ ਹੈ ਜੀ ਇਹ। ਉਹੀ ਦੋ ਸਿਲਾਈਆਂ ਆਪਾਂ ਨੇ ਵਾਰ ਵਾਰ ਰਿਪੀਟ ਕਰਦੇ ਜਾਣਾ, ਡਿਜ਼ਾਇਨ ਆਪਣਾ ਬਣਦਾ ਜਾਣਾ।
हर वारी इस तरह ही धागा अगे घुमा के दो दे विचाले दी ऐ कढ़ के फिर जिहड़े दो कुंडे अपने इन्हां नूं पिछे दी ऐ करके इस तरह धागा घुमा के अखीर विच रह गया जी अपना एक कुंडा, इहनूं वी आपां इस तरह सीधा ही बना दिंदे हां। हुण आपां आ गए उल्टी सिलाई 'च। उल्टी सिलाई 'च आपां ने अपना पहला कुंडा इस तरह बुनिया, धागे नूं इस तरह घुमाया, इहनां दा आपां ने चारां दा बनाता एक। ਇਹ ਆਪਣੇ ਦੋ ਕੁੰਡੇ ਹੋ ਗਏ ਪੂਰੇ, ਇੱਕ ਆਪਣਾ ਆਹ ਜਾਲੀ ਵਾਲਾ ਬਣ ਗਿਆ, ਇੱਕ ਆਪਣਾ ਆਪਾਂ ਜਿਹੜੇ ਚਾਰ ਦਾ ਘਟਾਇਆ ਇੱਕ ਇਹ ਬਣ ਗਿਆ। ਦੋ ਦੋ ਆਪਣੇ ਚਾਰ ਬਣੇ ਤੇ ਇਹ ਕੁੰਡੇ ਦੇਖੋ ਇਸ ਤਰ੍ਹਾਂ ਇਹਨੂੰ ਧਾਗੇ ਨੂੰ ਐਂ ਘੁਮਾ ਲੈਣਾ, ਇਹ ਚਾਰਾਂ ਦਾ ਬਣਾ ਦੇਣਾ ਇੱਕ। ਪੂਰੀ ਸਿਲਾਈ ਆਪਾਂ ਨੇ ਇਸ ਤਰ੍ਹਾਂ ਹੀ ਪਾਉਣੀ ਹੈ, ਇਸ ਤਰ੍ਹਾਂ ਧਾਗੇ ਨੂੰ ਘੁਮਾ ਕੇ ਇਸ ਤਰ੍ਹਾਂ ਧਾਗਾ ਘੁਮਾ ਕੇ ਸਿੱਧੀ ਸਿਲਾਈ 'ਚ ਆਪਣੇ ਦੋ ਦੇ ਚਾਰ ਚਾਰ ਬਣ ਗਏ ਤੇ ਇਹ ਉਲਟੀ ਸਿਲਾਈ ਨੂੰ ਆਪਣੇ ਚਾਰ ਦੇ ਇਹ ਬਣ ਗਏ ਦੋ ਦੋ। ਐਂ ਧਾਗਾ ਘੁਮਾ ਕੇ ਇੱਕ ਕੁੰਡਾ ਆਹ ਵੱਧ ਗਿਆ ਆਪਣਾ, ਇੱਕ ਆਪਣਾ ਆਹ ਆਪਣਾ ਚਾਰ ਦਾ ਇੱਕ ਬਣੇ ਜਾਣਾ। ਐਂ ਵਲ ਮਾਰ ਕੇ ਅਖੀਰ ਵਿੱਚ ਰਹਿ ਗਿਆ ਆਪਣਾ ਇੱਕ ਕੁੰਡਾ, ਇਹਨੂੰ ਵੀ ਆਪਾਂ ਇਸ ਤਰ੍ਹਾਂ ਹੀ ਬੁਣ ਲਉਂਗੇ। ਹੁਣ ਆਪਾਂ ਆ ਗਏ ਸਿੱਧੀ ਸਿਲਾਈ 'ਤੇ। ਸਿੱਧੀ ਸਿਲਾਈ ਆਪਾਂ ਨੇ ਪੂਰੀ ਇਹਨੂੰ ਇੱਧਰੋਂ ਨਹੀਂ ਬੁਣਨਾ, ਮੂਹਰੇ ਤੋਂ ਐਂ ਪਿੱਛੇ ਤੋਂ ਹੀ ਬੁਣੀ ਜਾਣਾ ਇਸ ਤਰ੍ਹਾਂ। ਇਹਦਾ ਵੀ ਆਹ ਕੁੰਡਾ ਨਹੀਂ ਬੁਣਨਾ, ਇੱਧਰੋਂ ਬੁਣਨਾ ਹੈ। ਇਹਦਾ ਵੀ ਆਹ ਪਿੱਛੇ ਤੋਂ ਹੀ ਜਿਹੜਾ ਆਹ ਦਿਖਦਾ ਇਹ ਨਹੀਂ ਬੁਣਨਾ ਹੈਗਾ, ਆਪਾਂ ਨੇ ਇਹਨੂੰ ਇੱਧਰੋਂ ਐਂ ਬੁਣਨਾ ਪਿੱਛੇ ਤੋਂ, ਫਿਰ ਇਸ ਤਰ੍ਹਾਂ ਬਲ ਜਾ ਵੱਜਦਾ ਇਹਦਾ। ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਪਿੱਛੇ ਤੋਂ ਚੱਕ ਚੱਕ ਕੇ ਬੁਣਨੇ, ਬੁਣਨੇ ਸਿੱਧੇ ਆ। ਸਿੱਧੀ ਸਿਲਾਈ ਪੂਰੀ ਆਪਾਂ ਨੇ ਇਸ ਤਰ੍ਹਾਂ ਹੀ ਆਪਣੀ ਪਾ ਲੈਣੀ ਹੈ ਪਿੱਛੇ ਤੋਂ ਬੁਣ ਕੇ। ਆਪਾਂ ਬਣਾ ਲਈ ਆਪਣੀ ਸਿੱਧੀ ਸਿਲਾਈ, ਸਾਰੀ ਡਿਜ਼ਾਇਨ ਹੋ ਗਿਆ ਜੀ ਆਪਣਾ ਕੰਪਲੀਟ। ਹੁਣ ਜਦ ਆਪਾਂ ਨੇ ਫਿਰ ਉਲਟੀ ਸਿਲਾਈ ਜਿਹੜੀ ਪਾਉਣੀ ਆ ਉਹ ਸਿੱਧੀ ਬੁਣ ਕੇ ਪਾਉਣੀ ਹੈ, ਉਲਟੀ ਨਹੀਂ ਬੁਣਨੀ। ਆ ਫਿਰ ਆਹ ਉਲਟੀ ਦਿਖਦੀ ਹੈ ਵਿੱਚ, ਡਿਜ਼ਾਇਨ ਵਧੀਆ ਲੱਗਦਾ। ਫਿਰ ਆਪਾਂ ਸਿੱਧੀ ਸਿਲਾਈ ਨੂੰ ਉਸ ਤਰ੍ਹਾਂ ਹੀ ਦੋ ਦੇ ਚਾਰ ਚਾਰ ਬਣਾਈ ਜਾਣੇ, ਉਲਟੀ ਨੂੰ ਫਿਰ ਇੱਕ ਵਲ ਮਾਰ ਕੇ ਚਾਰ ਦਾ ਇੱਕ, ਇੱਕ ਕੁੰਡਾ ਬਲ ਨਾਲ ਵਧੀ ਜਾਣਾ, ਇੱਕ ਆਪਣਾ ਚਾਰ ਦਾ ਇੱਕ ਬਣੇ ਜਾਣਾ। ਇਸ ਤਰ੍ਹਾਂ ਇਹਨੇ ਡਿਜ਼ਾਇਨ ਨੇ ਬਣੀ ਜਾਣਾ ਆਪਣੇ ਨੇ।
जे मेरे चैनल ते नवे जी सबसक्राइब जरूर कर लियो, लाइक ते कमेंट भी करियो, वीडियो नू वध ते वध शेयर करियो। चलो जी मिलते हैं आपां एक होर नवी वीडियो च, जब तक थोड़ा बहुत बहुत धन्यवाद जी।